ਮੋਗਾ ਦੇ ਵਿੱਚ ਦਲ ਖਾਲਸਾ ਨੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦਾ ਨਿੱਘ ਸਿੱਖਾਂ ਨੂੰ ਨਹੀਂ ਮਿਲਿਆ ਅਤੇ ਉਹ ਭਾਰਤੀ ਲੀਡਰਸ਼ਿਪ ਦੇ ਝਾਂਸੇ ਦੇ ਵਿੱਚ ਆ ਕੇ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਫਸ ਗਏ ਨੇ। ਉਹਨਾਂ ਅਦਾਲਤਾਂ ਅਤੇ ਸਰਕਾਰਾਂ ਦੇ ਵੱਲੋਂ ਜਨ ਗਣ ਮਨ ਥੋਪੇ ਜਾਣ ਨੂੰ ਨਕਾਰਦਿਆਂ ਕਿਹਾ ਹੈ ਕਿ ਜਬਰੀ ਥੋਪਿਆ ਜਾ ਰਿਹਾ ਫਰਜ਼ੀ ਰਾਸ਼ਟਰਵਾਦ ਸਿੱਖਾਂ ਨੂੰ ਪਰਵਾਹ ਨਹੀਂ ਹੈ। ਜਥੇਬੰਦੀ ਦੇ ਬੁਲਾਰੇ ਕਮਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਦੱਸਿਆ ਹੈ ਕਿ ਸਿੱਖਾਂ ਸਿਰ ਪਈ ਦੂਜੀ ਗੁਲਾਮੀ ਦੇ ਖਿਲਾਫ਼ ਸਿੱਖ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਦਲ ਖਾਲਸਾ ਜਲੰਧਰ ਦੇ ਵਿੱਚ 14 ਅਗਸਤ ਸ਼ਾਮ ਨੂੰ ਇਸ ਸੰਬੰਧੀ ਰੋਸ ਮੁਜ਼ਾਹਰਾ ਵੀ ਕਰ ਰਿਹਾ ਹੈ। 15 ਅਗਸਤ ਦੇ ਹਵਾਲੇ ਨਾਲ ਦਲ ਖਾਲਸਾ ਵੱਲੋਂ 14 ਅਗਸਤ ਨੂੰ ਜਲੰਧਰ ਵਿਖੇ ਇੱਕ ਪ੍ਰੋਟੈਸਟ ਮਾਰਚ ਕੀਤਾ ਜਾਏਗਾ। ਇਹ ਪ੍ਰੋਟੈਸਟ ਮਾਰਚ ਭਾਰਤ ਅੰਦਰ ਜੋ ਘੱਟ ਗਿਣਤੀਆਂ ਦੇ ਇਸ ਵੇਲੇ ਹਾਲਾਤ ਨੇ, ਜੋ ਉਹਨਾਂ 'ਤੇ ਅੱਤਿਆਚਾਰ ਹੋ ਰਿਹਾ, ਲਿੰਚਿੰਗ ਹੋ ਰਹੀ ਹੈ, ਜੇ ਗਊ ਰੱਖਿਆ ਦੇ ਨਾਂ 'ਤੇ ਦਲਿਤਾਂ ਅਤੇ ਮੁਸਲਮਾਨਾਂ ਦਾ ਉੱਤੇ ਅੱਤਿਆਚਾਰ ਹੋ ਰਿਹਾ, ਜਿਹੜਾ ਸਡੀਸ਼ਨ ਦੇ ਕੇਸਿਸ ਨੇ ਉਹਨਾਂ ਦੀ ਜਿਹੜੀ ਸਡੀਸ਼ਨ ਦੇ ਜਿਹੜੇ ਪ੍ਰੋਵੀਜ਼ਨਸ ਨੇ, ਲਾਅ ਹੈ ਜਿਹੜਾ, ਉਹਦੀ ਦੁਰਵਰਤੋਂ ਹੋ ਰਹੀ ਹੈ। ਬਸਤੀਵਾਦੀ ਕਾਨੂੰਨ ਹੈ, ਬ੍ਰਿਟਿਸ਼ ਦਾ ਕਾਨੂੰਨ ਹੈ, ਬ੍ਰਿਟਿਸ਼ ਨੇ ਆਪਣੇ ਮੁਲਕ 'ਚ ਜਾ ਕੇ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਔਰ ਉਹਨਾਂ ਨੇ ਇਹ ਖਤਮ ਕਰ ਦਿੱਤਾ, ਲੇਕਿਨ ਭਾਰਤ ਅੱਜ ਵੀ ਇਹਨਾਂ ਕਾਨੂੰਨਾਂ ਦਾ ਸਹਾਰਾ ਲੈ ਕੇ ਜਿਹੜੇ ਵੱਖਰੇ ਵਿਚਾਰ ਰੱਖਣ ਵਾਲੇ ਨੇ, ਜਿਹੜੇ ਵਿਰੋਧੀ ਵਿਚਾਰ ਰੱਖਣ ਵਾਲੇ ਨੇ, ਜਿਹਨਾਂ ਨੂੰ ਸਰਕਾਰਾਂ ਪਸੰਦ ਨਹੀਂ ਕਰਦੀਆਂ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ, ਉਹਨਾਂ ਨੂੰ ਹਰਾਸ ਕਰਨ ਲਈ ਇਹ ਕਾਨੂੰਨ ਜਿਹੜੇ ਉਹਨਾਂ ਦੇ ਉੱਤੇ ਲਾਏ ਜਾ ਰਹੇ ਨੇ ਔਰ ਅਕਰੋਸ ਦੀ ਬੋਰਡ ਲਾਏ ਜਾ ਰਹੇ ਨੇ। ਹਰ ਕਮਿਊਨਿਟੀ ਅਤੇ ਹਰ ਜਿਹੜੀ ਮਤਲਬ ਜਿਹੜਾ ਵੀ ਆਵਾਜ਼ ਉਠਾਉਂਦਾ, ਜਿਹੜਾ ਵੀ ਮਤਲਬ ਸੱਚ ਦੀ ਗੱਲ ਕਰਦਾ, ਜਿਹੜਾ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ, ਜਿਹਨਾਂ ਨੂੰ ਸਰਕਾਰਾਂ ਪਸੰਦ ਨਹੀਂ ਕਰਦੀਆਂ ਜਾਂ ਜਿਹੜੇ ਸਰਕਾਰਾਂ ਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ ਰਾਈਟਫੁਲੀ, ਉਹਨਾਂ ਦੇ ਉੱਤੇ ਵੀ ਇਹ ਜਿਹੜੇ ਸਡੀਸ਼ਨ ਦੇ ਪ੍ਰੋਵੀਜ਼ਨਸ ਲਾਏ ਜਾਂਦੇ ਨੇ, ਦੇਸ਼ ਧਰੋਹ ਦੇ ਪ੍ਰੋਵੀਜ਼ਨ ਲਾ ਕੇ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਔਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ਼, ਇਹਨਾਂ ਗੱਲਾਂ ਦੇ ਖਿਲਾਫ਼ ਅਸੀਂ ਇੱਕ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਜਿਹੜੀ 15 ਅਗਸਤ 1947 ਨੂੰ ਜਿਹੜੀ ਆਜ਼ਾਦੀ ਮਿਲੀ ਸੀ, ਇਸ ਆਜ਼ਾਦੀ ਦਾ ਨਿੱਘ ਸਿੱਖ ਨਹੀਂ ਮਾਣ ਸਕੇ, ਕਿਉਂਕਿ ਇਹ ਆਜ਼ਾਦੀ ਕੁਛ ਲੋਕਾਂ ਤੱਕ, ਕੁਛ ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਔਰ ਬਹੁਤਾਤ ਜਿਹੜੀ ਆਬਾਦੀ ਹੈ ਉਹ ਆਜ਼ਾਦੀ ਤੋਂ ਮਹਿਰੂਮ ਹੈ ਔਰ ਅੱਜ ਵੀ ਉਹ ਗੁਲਾਮ ਹੈ। ਸਿੱਖ ਜਿਹੜੇ ਨੇ ਉਹ 15 ਅਗਸਤ 1947 ਨੂੰ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਚਲੇ ਗਏ। ਅਸੀਂ ਉਸ ਗੁਲਾਮੀ ਦੇ ਖਿਲਾਫ਼ ਲੜ ਰਹੇ ਹਾਂ।